ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ। ਅਤੇ ਤੁਹਾਨੂੰ ਪਤਾ ਹੈ ਜਿੱਦਾਂ ਅਸੀਂ ਚੈਨਲ ਦਾ ਨਾਮ ਵੀ ਚੇਂਜ ਕੀਤਾ ਆ ਅਤੇ ਥੋੜ੍ਹੀ ਬਹੁਤੀ ਅਪਡੇਟ ਕੀਤੀਆਂ ਹੈਗੀਆਂ ਚੈਨਲ ਦੇ ਉੱਤੇ। ਅਤੇ ਆਪਣੀ ਨਾ 2-3 ਮਹੀਨੇ ਪਹਿਲਾਂ ਵੀਡੀਓ ਸੀਗੀ ਇੱਕ ਨੂਲੇ ਉਸ ਦੇ ਉੱਤੇ, ਅਤੇ ਕਿਉਂਕਿ ਮੈਂ ਆਪਣੀ ਫੈਮਿਲੀ ਬੁਲਾਈ ਇੱਥੇ ਇੰਡੀਆ ਤੋਂ ਇੱਥੇ ਇਟਲੀ ਮੰਗਵਾਈ ਆ, ਅਤੇ ਮੈਨੂੰ ਪਤਾ ਸੀਗਾ ਵੀ ਕਿਹੜੇ ਕਿਹੜੇ ਪੇਪਰ ਲੱਗਣੇ, ਤਾਂ ਮੈਂ ਉਹਦੇ ਬਾਰੇ ਵੀਡੀਓ ਪਾਈ ਸੀਗੀ ਵੀ ਚਲੋ ਜਿਹਨਾਂ ਨੂੰ ਪਤਾ ਨਹੀਂ ਹੈਗਾ ਵੀ ਡਾਕੂਮੈਂਟਸ ਕਿਹੜੇ ਲੱਗਣੇ, ਮੈਂ ਉਹਦੀ ਵੀਡੀਓ ਅਪਲੋਡ ਕੀਤੀ ਸੀ। ਤਾਂ ਵੀਡੀਓ ਦਾ ਥੋੜ੍ਹਾ ਰਿਸਪੋਂਸ ਵਧੀਆ ਆਇਆ, ਲਗਭਗ ਉੱਥੇ 20-25 ਕਮੈਂਟ ਆਏ ਆ, ਅਤੇ ਮੈਂ ਸੋਚਿਆ ਵੀ ਚਲੋ ਮੈਂ ਸਾਰੇ ਕਮੈਂਟ ਦਾ ਰਿਪਲਾਈ ਕਰਾਂ। ਪਰ ਕਈ ਜਿੱਦਾਂ ਹੈਗੇ ਆ ਜਾਂ ਮਤਲਬ ਕਿ ਮੁੰਡੇ ਜਾਂ ਜਿਹੜੇ ਵੀ ਆ ਫੈਮਿਲੀ ਵਾਲੇ ਬੁਲਾਉਣੇ ਉਹਨਾਂ ਨੇ, ਉਹਨਾਂ ਨੂੰ ਮਤਲਬ ਸਮਝ ਨਹੀਂ ਆ ਰਹੀ ਹੈਗੀ, ਮੈਂ ਕਿਹਾ ਚੱਲ ਮੈਂ ਵੀਡੀਓ ਬਣਾ ਕੇ ਪਾ ਦਿੰਦਾ, ਨਾਲ ਇੱਕ ਤਾਂ ਆਪਣਾ ਸਾਰਿਆਂ ਨੂੰ ਡਿਟੇਲ 'ਚ ਸਮਝ ਲੱਗ ਜੂਗੀ ਵੀ ਮੈਂ ਕੀ ਕਹਿਣਾ ਚਾਹੁੰਦਾ ਹਾਂ, ਅਤੇ ਇੱਕ ਵਾਰੀ ਨਾਲੇ ਆਪਣਾ ਸਮਝ ਲੱਗ ਜੂਗੀ ਨੂਲੇ ਉਸ 'ਤੇ ਕਈਆਂ ਨੂੰ ਵਿੱਚ ਪ੍ਰੋਬਲਮ ਆ ਰਹੀ ਆ ਨੂਲਾ ਉਸ ਤੋਂ ਅਪਲਾਈ ਕਰਨ 'ਚ, ਅਤੇ ਕਈਆਂ ਨੂੰ ਮਤਲਬ ਕਿ ਚੀਜ਼ਾਂ ਦਾ ਪਤਾ ਨਹੀਂ ਲੱਗ ਰਿਹਾ। ਇਸ ਕਰਕੇ ਮੈਂ ਇਹ ਵੀਡੀਓ ਉਹਨਾਂ ਦੇ ਉੱਤੇ ਆ ਜਿਨ੍ਹਾਂ ਨੇ ਨੂਲਾ ਉਸ ਤੋਂ ਅਪਲਾਈ ਕੀਤਾ ਆ ਜਾਂ ਕਰਨਾ ਆ ਜਿਨ੍ਹਾਂ ਨੇ ਆਪਣੀ ਫੈਮਿਲੀ ਇੰਡੀਆ ਤੋਂ ਮੰਗਵਾਉਣੀ। ਤਾਂ ਪਹਿਲਾਂ ਆਪਾਂ ਕਮੈਂਟ ਭਰਨ ਜਾ ਰਹੇ, ਮੈਂ ਸਾਰੇ ਕਮੈਂਟ ਰਾਈਟ ਡਾਊਨ ਕਰ ਲਏ ਸੀਗੇ, ਸਕ੍ਰੀਨਸ਼ੋਟ ਲੈ ਲਏ ਸੀ। ਅਤੇ ਪਹਿਲਾ ਕਮੈਂਟ ਅਸੀਂ ਭਰਨ ਜਾ ਰਹੇ ਹਾਂ ਮੇਰੀ ਸੁਜੋਨ ਨੂੰ ਜਮ੍ਹਾਂ, ਭਾਈ ਨੇ ਸੁਜੋਨ ਨੂੰ ਸਪੈਲਿੰਗ ਵੀ ਗਲਤ ਲਿਖੇ ਆ, ਚਲੋ ਕੋਈ ਨਹੀਂ, ਸੁਜੋਨ ਨੂੰ ਜਮ੍ਹਾਂ ਕਰਾਈ ਆ, ਮੈਂ ਆਪਣੇ ਬੱਚੇ ਮੰਗਵਾ ਸਕਦਾ ਹਾਂ। ਭਾਜੀ ਜੇ ਤੁਸੀਂ ਤੁਹਾਡੀ ਤਾਂ ਪਹਿਲੀ ਸੁਜੋਨ ਨੂੰ ਆ ਕਿ ਦੂਜੀ, ਇਹ ਚੀਜ਼ ਬਾਰੇ ਮੈਨੂੰ ਡਾਊਟ ਆ। ਅਤੇ ਚਲੋ ਆਪਾਂ ਇਹ ਮੰਨ ਕੇ ਰੱਖਦੇ ਵੀ ਤੁਹਾਨੂੰ ਜ਼ਿਆਦਾ ਟਾਈਮ ਹੋ ਗਿਆ, ਤੁਸੀਂ ਸੁਜੋਨ ਨੂੰ ਤੁਹਾਡੀ ਪੁਰਾਣੀ ਆ, ਠੀਕ ਆ। ਪਹਿਲੀ ਗੱਲ ਤਾਂ ਭਾਜੀ ਇਹ ਤੁਹਾਡੀ ਉਨੀ ਕੁੱਦ ਹੋਣੀ ਚਾਹੀਦੀ ਆ, ਹੁਣ ਜਿੱਦਾਂ 2024 ਚੱਲ ਰਿਹਾ ਇਹਦੇ ਹਿਸਾਬ ਨਾਲ ਘੱਟੋ ਘੱਟ 7,000 ਰੁਪਏ ਕੁੱਦ ਚਾਹੀਦੀ ਇੱਕ ਬੰਦੇ ਵਾਸਤੇ। ਪਲੱਸ ਤੁਸੀਂ ਆਪਣੀ ਬੱਚੇ ਮੰਗਵਾਉਣ ਦੀ ਗੱਲ ਕਰ ਰਹੇ ਹੋ, ਅਤੇ ਜੇ ਇੱਕ ਬੱਚਾ ਮੰਗਵਾਉਣਾ ਆ ਤਾਂ 7,000, ਜੇ 2 ਬੱਚੇ ਮੰਗਵਾਉਣੇ ਤਾਂ 15,000 ਕੁੱਦ ਚਾਹੀਦੀ ਹੈ। ਜੇ ਤੁਸੀਂ ਆਪਣੀ ਵਾਈਫ ਵੀ ਮੰਗਵਾਉਣੀ ਆ ਨਾਲ, ਤਾਂ ਘੱਟੋ ਘੱਟ 20,000-21,000 ਕੁੱਦ ਚਾਹੀਦੀ ਆ, ਤਾਂ ਤੁਹਾਡਾ ਡਿਮਾਂਡ ਦਾ ਅਕਸੈਪਟ ਹੋਣਾ ਆ, ਨਹੀਂ ਤਾਂ ਨਹੀਂ ਹੋਣਾ। ਦੂਜੀ ਗੱਲ ਜਮ੍ਹਾਂ ਕਰਵਾਈ ਆ, ਉਹਦਾ ਕੋਈ ਪ੍ਰੋਬਲਮ ਨਹੀਂ, ਰਿਚ ਬੂਤਾ ਲੱਗ ਜਾਂਦਾ ਉਹਦਾ, ਜਿਹੜਾ ਇੱਥੇ ਰਿਚ ਬੂਤਾ ਮਿਲਦਾ ਉਹ ਲੱਗ ਜਾਣਾ ਹੈਗਾ, ਕੋਈ ਪ੍ਰੋਬਲਮ। ਤੁਸੀਂ ਆਪਣਾ ਨੂਲਾ ਉਸਤਾ ਅਪਲਾਈ ਕਰ ਸਕਦੇ ਆ ਜਿੰਨੀ ਦੇਰ, ਪਰ ਜਦੋਂ ਤੁਸੀਂ ਨੂਲਾ ਉਸਤਾ ਲੈਣ ਜਾਣਾ ਉਦੋਂ ਤੁਹਾਡੇ ਹੱਥ 'ਚ ਸੁਜੋਨ ਹੋਣੀ ਚਾਹੀਦੀ ਆ, ਪਲੱਸ ਸਾਰੇ ਡਾਕੂਮੈਂਟਸ ਹੋਣੇ ਚਾਹੀਦੇ ਆ, ਅਤੇ ਤਾਂ ਹੀ ਤੁਹਾਨੂੰ ਉਹਨਾਂ ਨੂਲਾ ਉਸਤਾ ਜਾਣਾ, ਨਹੀਂ ਤਾਂ ਫਿਰ ਤੁਹਾਡਾ ਅੱਗੇ ਹੋਰ ਉਹਨਾਂ ਨੇ ਸਾਲ 6 ਮਹੀਨੇ ਬਾਅਦ ਜਿੰਨੀ ਦੇਰ ਬਾਅਦ ਨੂਲਾ ਉਸਤਾ ਦੇ ਜਿਹੜੇ ਸਟੇਟ ਵਾਈਜ਼ ਹੁੰਦਾ ਆ, ਅਤੇ ਉਸ ਤੋਂ ਬਾਅਦ ਨੂਲਾ ਉਸਤਾ ਮਿਲਣਾ। ਦੂਜਾ ਕਮੈਂਟ ਹੈਗਾ, ਹੈਲੋ ਭਾਜੀ ਮੇਰੀ ਵਾਈਫ ਪ੍ਰੈਗਨੈਂਟ ਹੈ, ਅਸੀਂ ਬੱਚੇ ਦੀ ਡਿਲੀਵਰੀ ਇੰਡੀਆ ਕਰਨੀ ਹੈ, ਵਾਈਫ ਨੂੰ ਫਿੰਗਰ ਸਤੰਬਰ ਮੰਥ 'ਤੇ ਮਿਲੇ, ਫਿੰਗਰ ਕਰਾਉਣ ਤੋਂ ਬਾਅਦ ਜਾ ਸਕਦੀ ਇੰਡੀਆ ਬਿਨਾਂ ਸੁਜੋਨ ਨੂੰ ਲਏ। ਭਾਜੀ ਪਹਿਲੀ ਗੱਲ ਤਾਂ ਬਿਨਾਂ ਸੁਜੋਨ ਨੂੰ ਤਾਂ ਜਾਣ ਦੀ ਕੋਈ ਵੀ ਰਿਕਮੈਂਡੇਸ਼ਨ ਨਹੀਂ ਦਿੰਦਾ ਮੈਂ, ਕਿਉਂਕਿ ਬਿਨਾਂ ਸੁਜੋਨ ਨੂੰ ਤਾਂ ਭਾਜੀ ਪਹਿਲੀ ਗੱਲ ਤਾਂ ਜਦੋਂ ਤੁਸੀਂ ਰਿਚੇ ਬੂਤਰੇ ਜਾਣਾ ਨਾ ਫਿੰਗਰ ਕਰਾ ਕੇ ਵੀ ਰਿਚੇ ਬੂਤਰੇ, ਪਹਿਲੀ ਸੁਜੋਨ ਨੂੰ ਪਹਿਲੀ ਸੁਜੋਨ ਗੱਲ ਇੱਕ ਤੀਂਬਰੋਂ ਲੱਗਦੀ ਹੈ ਪਰਫੈਕਟ ਉਰੇ 'ਚ, ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ ਇੰਡੀਆ। ਅਤੇ ਦੂਜੀ ਗੱਲ, ਉਸ ਤੋਂ ਬਾਅਦ ਉਸ ਤੋਂ ਬਗੈਰ ਗਏ ਤਾਂ ਸੁਜੋਨ ਨੂੰ, ਤਾਂ ਮੈਂ ਤੁਹਾਨੂੰ ਇਹੀ ਰੈਕਮੈਂਡ ਕਰੂੰਗਾ ਬਿਨਾਂ ਸੁਜੋਨ ਨੂੰ ਤੋਂ ਨਾ ਜਾਓ, ਜੇ ਪਹਿਲੀ ਸੁਜੋਨ ਨੂੰ ਆ ਇੰਡੀਆ ਨਾ ਹੀ ਜਾਓ, ਵਧੀਆ ਗੱਲ ਹੈਗੀ ਆ। ਦੂਜੀ ਗੱਲ ਇਹ ਵੀ ਫਿੰਗਰ ਕਰਾ ਕੇ ਤੁਸੀਂ, ਤੁਹਾਨੂੰ ਵੱਧ ਤੋਂ ਵੱਧ ਮਹੀਨਾ ਲੱਗਣਾ ਆ, ਮਹੀਨੇ ਬਾਅਦ ਚਲ ਜਿਓ, ਜ਼ਿਆਦਾ ਕੋਈ ਵੱਡੀ ਗੱਲ ਨਹੀਂ ਹੈਗੀ। ਦਸੰਬਰ 'ਤੇ ਤੁਸੀਂ ਅਕਤੂਬਰ ਜਾ ਕੇ ਡਿਲੀਵਰੀ ਕਰਾ ਲਿਓ ਇੰਡੀਆ, ਇੰਡੀਆ ਜਾ ਕੇ ਤੁਸੀਂ ਡਿਲੀਵਰੀ ਕਰਨੀ, ਕੋਈ ਪ੍ਰੋਬਲਮ ਨਹੀਂ, ਵੀ ਜਾ ਸਕਦੇ ਆ ਤੁਸੀਂ ਉਹਦੇ 'ਤੇ ਵੀ ਜਾ ਸਕਦੇ ਆ, ਡਾਇਰੈਕਟ ਫਲਾਈਟ ਫੜ ਕੇ, ਡਾਇਰੈਕਟ ਫਲਾਈਟ ਫੜ ਕੇ ਤੁਸੀਂ ਜਿੱਦਾਂ ਇੱਥੋਂ ਦੀ ਡਾਇਰੈਕਟ ਫਲਾਈਟ ਜਾਂਦੀ ਆ ਏਅਰ ਇੰਡੀਆ ਹੋ ਗਈ, ਅਲਿਤਾਲੀਆ ਹੋ ਗਈ, ਇੱਕ ਨਿਊਜ਼ ਆਉਂਦੀ ਹੈਗੀ ਆ, ਡਾਇਰੈਕਟ ਫਲਾਈਟ ਕੋਈ ਵੀ ਫੜ ਕੇ ਜਾ ਸਕਦੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਪਰ ਤੀਂਬਰੋ ਲਵਾ ਕੇ ਜਾਇਓ, ਕਰਤਾ ਤੂਰੇ ਦੇ ਵਿੱਚ ਹੁਣ ਤੀਂਬਰੋ ਮਿਲਦੀ ਆ, ਪਹਿਲਾਂ ਹੁੰਦਾ ਸੀਗਾ ਤੁਸੀਂ ਡਾਇਰੈਕਟ ਫਲਾਈਟ ਫੜ ਕੇ ਆ ਜਾਓ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ ਹੁਣ ਤੀਂਬਰੋ ਲੱਗਦੀ ਆ ਨਾਲ, ਇਹ ਚੀਜ਼ ਦਾ ਧਿਆਨ ਰੱਖਿਓ। ਹਾਂਜੀ, ਤੀਜਾ ਹੈਗਾ ਭਾਜੀ ਪੈਸੇ ਕਿੰਨੇ ਲੱਗਦੇ ਨੇ ਇੱਕ ਪਰਸਨ ਦੇ ਪੇਪਰ ਅਪਲਾਈ ਕਰਨ 'ਤੇ, ਜਦ ਜਿਹਦਾ ਕਿ ਬੱਚੇ ਦੀ ਇੱਕ ਦੇ ਏਜ 14 ਈਅਰ। ਭਾਜੀ ਮੈਂ ਅਪਲਾਈ ਕੀਤੇ ਸੀ, ਤੁਸੀਂ ਆਪਣੇ ਸਰਕਾਰੀ ਬੰਦੇ ਕੋਲ ਜਾਓ, ਇੱਥੇ ਸਰਕਾਰੀ ਵਕੀਲ ਬੈਠੇ ਹੋਏ ਆ, ਠੀਕ ਆ, ਉਹਨਾਂ ਕੋਲ ਜਾਓ,
ਸਿਰਫ 10 ਯੂਰੋ ਲੈਂਦੇ ਆ ਇੱਕ ਦਵਾਂਦਾ ਕਰਨ ਦੇ, ਠੀਕ ਆ। ਤੁਹਾਡਾ 14 ਸਾਲ ਦਾ ਬੱਚਾ ਵੀ ਆ ਨਾਲ, ਅਤੇ ਉਹਦੇ ਇੱਕ ਦਵਾਂਦਾ ਇੱਕੋ ਹੀ ਹੋਣਾ ਆ, ਉਹਦੇ ਇੱਕੋ ਹੀ ਦਵਾਂਦਾ ਹੋਣਾ, ਭਾਵੇਂ ਤੁਸੀਂ ਆਪਣੀ ਵਾਈਫ ਦਾ ਵੀ ਕਰਨਾ ਉਹਦੇ ਨਾਲ, ਜਿਹੜਾ ਆਪਣਾ ਪਾਸਪੋਰਟ ਬੱਚੇ ਦਾ ਲੱਗਣਾ, ਇੱਕ ਹੀ ਦਵਾਂਦਾ ਹੋਣਾ ਉਹਨੇ, 10 ਯੂਰੋ ਲੈਣੇ ਆ, ਠੀਕ ਆ। ਅਤੇ ਆਪਣਾ ਮੈਂ ਤਾਂ 10 ਯੂਰੋ ਦਿੱਤੇ ਸੀਗੇ, ਅਤੇ ਬਾਕੀ ਪਤਾ ਨਹੀਂ ਵੀ ਉਹ ਤੁਹਾਡੇ ਉੱਥੇ ਕੀ ਹਿਸਾਬ ਕਿਤਾਬ ਆ। ਜੇ ਤੁਸੀਂ ਸਰਕਾਰੀ ਵਕੀਲ ਇਟਾਲੀਅਨ ਕੋਲ ਜਾਊਂਗੇ ਤਾਂ ਉਹਨੇ 10 ਯੂਰੋ ਲੈਣੇ, ਕਿਉਂਕਿ ਇੱਕੋ ਦਵਾਂਦਾ ਹੁੰਦਾ, ਭਾਵੇਂ ਤੁਸੀਂ ਪੂਰੀ ਫੈਮਲੀ ਦਾ ਕਰ ਦਿਓ, ਕੋਈ ਚੱਕਰ ਨਹੀਂ। ਚੌਥਾ ਕਮੈਂਟ, ਫੈਮਲੀ ਵਾਲੇ ਪੇਪਰ ਕਿੰਨੇ ਟਾਈਮ ਵਿੱਚ ਨਿਕਲ ਜਾਂਦਾ ਹੈ? ਕਰਮੂਨੇ ਸਾਈਡ ਮੇਰਾ 7 ਮੰਥ ਤੋਂ ਉੱਪਰ ਹੋ ਗਿਆ, ਨਿਕਲਿਆ ਨਹੀਂ ਹੋਈ। ਅਤੇ ਭਾਅ ਜੀ ਮੇਰਾ ਤਾਂ 6 ਮਹੀਨੇ ਦੇ ਵਿੱਚ ਨੂਲਾ ਉਸਦਾ ਨਿਕਲ ਗਿਆ ਸੀਗਾ। ਮੈਂ ਮਈ 'ਚ ਅਪਲਾਈ ਕੀਤਾ ਸੀ, 4-5 ਮਈ ਨੂੰ ਕੀਤਾ ਸੀ, ਅਤੇ 21-20 ਨਵੰਬਰ ਨੂੰ ਮੈਨੂੰ ਮਤਲਬ ਕਿ ਮੈਸੇਜ ਆ ਗਿਆ ਸੀਗਾ ਕਿ ਤੁਹਾਡਾ ਜਿਹੜਾ ਨੂਲਾ ਉਸਦਾ ਰੈਡੀ ਆ, ਤੁਸੀਂ ਆ ਕੇ ਲੈ ਜਾਓ। ਅਤੇ ਤੁਹਾਡੇ ਤੁਸੀਂ ਕਹਿੰਦੇ 7 ਮੰਥ ਹੋ ਗਏ, 6 ਮਹੀਨੇ 'ਚ ਮਿਲ ਜਾਂਦਾ। ਜੇ ਨਹੀਂ ਮਿਲਿਆ ਹੈਗਾ ਤਾਂ ਤੁਸੀਂ ਉਹਨਾਂ ਦੀ ਕਰਮੂਨੇ ਵਾਲਿਆਂ ਦੀ ਉੱਥੇ ਸਾਈਟ ਹੈਗੀ ਆ, ਤੁਸੀਂ ਉੱਥੇ ਜਾ ਕੇ ਅਪੁਆਇੰਟਮੈਂਟ ਲੈ ਕੇ ਜਾ ਕੇ ਪੁੱਛ ਸਕਦੇ ਆ। ਪਲੱਸ ਉਹਨਾਂ ਦੀ ਈਮੇਲ ਆਈਡੀ ਵੀ ਹੈਗੀ ਆ, ਜੇ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਮੈਂ ਲੱਭ ਕੇ ਤੁਹਾਨੂੰ ਦੱਸ ਦੂੰਗਾ, ਮਤਲਬ ਤੁਸੀਂ ਦੁਬਾਰਾ ਕਮੈਂਟ ਕਰਿਓ ਇਸ ਵੀਡੀਓ 'ਤੇ। ਅਤੇ ਨਹੀਂ ਤਾਂ ਤੁਸੀਂ ਸਰਚ ਕਰੋਗੇ ਪਰਫਾਤੂਰਾ ਕਰਮੋਨਾ ਅਤੇ ਈਮੇਲ, ਅਤੇ ਉਹਦੇ 'ਤੇ ਆਈ ਨਹੀਂ ਹੈਗੀ, ਤੁਸੀਂ ਉੱਥੇ ਆਪਣਾ ਈਮੇਲ ਕਰ ਸਕਦੇ ਆ ਵੀ ਆਹ ਮੇਰਾ ਨੂਲਾ ਉਸਦਾ ਨੰਬਰ ਆ, ਅਤੇ ਮੇਰੀ ਇੰਨਾ ਟਾਈਮ ਹੋ ਗਿਆ, ਅਤੇ ਕਦੋਂ ਤੱਕ ਉਹਨੇ ਤੁਹਾਨੂੰ ਰਿਪਲਾਈ ਜ਼ਰੂਰ ਕਰਨਗੇ। ਪਰ ਤੁਹਾਨੂੰ ਵੇਟ ਕਰਨੀ ਪੈਣੀ ਆ 7-8 ਦਿਨ ਤੁਹਾਨੂੰ ਉਹਨਾਂ ਨੇ ਇੱਕ ਮੇਲ ਕਰੀਓ, ਕੋਈ ਮਤਲਬ ਇੱਦਾਂ ਨਹੀਂ ਹੈਗਾ ਰਿਪਲਾਈ ਕਰਨਗੇ। ਅਤੇ ਜੇ ਛੁੱਟੀਆਂ ਚੱਲਦੀਆਂ ਪਈਆਂ ਜਿੱਦਾਂ, ਅਤੇ ਛੁੱਟੀਆਂ 'ਚ ਲੇਟ ਕਰਦੇ ਆ, ਹਾਂ ਇਹ ਵੀ ਹੋ ਸਕਦਾ ਹੈ ਜੇ ਤੁਸੀਂ ਅਪਲਾਈ ਜਿੱਦਾਂ ਮਤਲਬ ਕੀਤਾ ਆ ਤਾਂ ਫਰਵਰੀ ਮਾਰਚ ਦੇ ਵਿੱਚ, ਤਾਂ 6 ਮਹੀਨੇ ਮਤਲਬ ਇਹ ਭਾਅ ਜੀ ਛੁੱਟੀਆਂ ਵੀ ਕਰਦੇ ਆ, ਜਿੱਦਾਂ ਤੁਹਾਨੂੰ ਪਤਾ ਅਗਸਤ ਸਤੰਬਰ ਤੱਕ ਤਾਂ ਪੂਰਾ ਇਟਲੀ ਛੁੱਟੀਆਂ 'ਚ ਰਹਿੰਦਾ ਇਟਾਲੀਅਨ ਖਾਸ ਕਰਕੇ। ਜੇ ਤੁਸੀਂ ਕੋਸ਼ਿਸ਼ ਕਰੀਓ ਵੀ ਨਵੰਬਰ ਤੱਕ ਵੇਟ ਕਰੀਓ, ਜੇ ਨਹੀਂ ਮਿਲਦਾ ਹੈਗਾ ਸਤੰਬਰ ਅਕਤੂਬਰ ਨਵੰਬਰ ਅਕਤੂਬਰ ਤੱਕ ਤੁਸੀਂ ਵੇਟ ਕਰੀਓ, ਤਾਂ ਤੁਹਾਨੂੰ ਜ਼ਰੂਰ ਮਿਲ ਜਾਣਾ, 6-7 ਮਹੀਨੇ ਦਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ। ਹਾਂਜੀ, ਅਗਲਾ ਕਮੈਂਟ, ਸਰ ਸਾਡੇ ਫੈਮਲੀ ਪੇਪਰ ਲੱਗੇ ਨੂੰ 6 ਮੰਥ ਹੋ ਗਏ ਆ, ਪਰ ਅਜੇ ਤੱਕ ਨੂਲਾ ਉਸਦਾ ਨਹੀਂ ਮਿਲਿਆ। ਉਹੀ ਗੱਲ ਵੀ ਤੁਸੀਂ ਮੇਲ ਕਰਕੇ ਪੁੱਛ ਸਕਦੇ ਆ ਤੁਹਾਨੂੰ ਕਿੰਨਾ ਟਾਈਮ ਲੱਗਣਾ ਆ, ਠੀਕ ਆ ਨਾ। ਇਹ 6 ਮੰਥ ਹੀ ਲੱਗਦੇ ਆ, ਨੋਰਮਲ ਡੇਜ਼ ਜਿਹੜੇ ਹੈਗੇ ਆ 6 ਮੰਥ ਦਾ ਟਾਈਮ ਦਿੰਦੇ ਆ ਨੂਲੇ ਉਸਤੇ ਦਾ, ਅਤੇ ਉਸ ਤੋਂ ਜ਼ਿਆਦਾ ਟਾਈਮ ਹੋ ਗਿਆ ਤੁਸੀਂ ਉਹਨਾਂ ਨੂੰ ਮੇਲ ਕਰੋ, ਤੁਹਾਨੂੰ ਜ਼ਰੂਰ ਉਹਨਾਂ ਦੀ ਰਿਪਲਾਈ ਆਊਗਾ, ਇੱਦਾਂ ਦਾ ਨਹੀਂ ਕੁਛ ਹੈਗਾ, 6 ਮਹੀਨੇ ਦੇ ਵਿੱਚ ਪੇਪਰ ਮਿਲ ਜਾਂਦੇ। ਅਗਲਾ ਕਮੈਂਟ, ਸਰ ਨੂਲਾ ਉਸਤਾ ਅਪਲਾਈ ਕਰਨ ਤੋਂ ਬਾਅਦ ਕਿੰਨਾ ਕੁ ਟਾਈਮ ਦਾ ਪ੍ਰੋਸੈਸ ਹੁੰਦਾ ਨੂਲਾ ਉਸਤਾ ਆਉਣ ਦਾ? ਜਿਵੇਂ ਬਰੇਸ਼ੀਆ 'ਚ ਅਪਲਾਈ ਕਰਨਾ ਨੂਲਾ ਉਸਤਾ, ਕਿੰਨਾ ਕੁ ਟਾਈਮ ਲੱਗਦੀ? ਉਹੀ 6 ਮਹੀਨੇ ਲੱਗਦੇ ਆ, ਠੀਕ ਆ। ਇੱਕੋ ਹੀ ਸਵਾਲ ਹੈ ਸਾਰਿਆਂ ਦੇ, ਅਲੱਗ ਅਲੱਗ ਮਤਲਬ ਕਿ ਉਹਨੇ ਮਤਲਬ ਪੁੱਛਿਆ ਆ ਬੰਦਿਆਂ ਨੇ, ਅਤੇ ਉਹੀ 6 ਮਹੀਨੇ ਲੱਗਦੇ ਆ। ਅਤੇ ਬਰੇਸ਼ੀਆ 'ਚ ਮੈਂ ਸੁਣਿਆ ਆ ਮਤਲਬ ਕਿ ਸਾਲ ਵੀ ਲੱਗ ਜਾਂਦਾ ਹੈ ਕਈ ਜਗ੍ਹਾ ਦੇ ਉੱਤੇ, ਕਿਉਂਕਿ ਬਰੇਸ਼ੀਆ ਫਿਰ ਤੁਹਾਨੂੰ ਪਤਾ ਆਪਣੇ ਨੂਲਾ ਉਸਤਾ ਅਪਲਾਈ ਕਰਨ ਵਾਲੇ ਜ਼ਿਆਦਾ ਹੈ, ਕੋਈ ਬਰੇਸ਼ੀਆ ਜ਼ਿਆਦਾ ਵੱਡਾ ਆ। ਕਰਮੋਨਾ, ਪਾਰਮਾ, ਅਮਾਨਤੋਵਾ ਇਧਰਲੀ ਸਾਈਡ ਥੋੜ੍ਹਾ ਘੱਟ ਟਾਈਮ ਲੱਗਦਾ, 6-6 ਮਹੀਨੇ ਲੱਗਦੇ, ਕਈ ਤਾਂ 4 ਮਹੀਨੇ ਦੇ ਵਿੱਚ ਵੀ ਮਤਲਬ ਮੈਂ ਸੁਣਿਆ ਆ 4 ਮਹੀਨੇ ਦੇ ਵਿੱਚ, ਪਰ ਮੈਨੂੰ 6 ਮਹੀਨੇ 'ਚ ਮਿਲਿਆ ਸੀ, ਕਈਆਂ ਨੂੰ 4-4 ਮਹੀਨੇ 'ਚ ਮਿਲਿਆ। ਅਗਲਾ ਕਮੈਂਟ, ਹੈਲੋ ਭਾਅ ਜੀ, ਲਵੀਨੀਓ ਸਾਈਡ ਕਦੋਂ ਤੱਕ ਨੂਲਾ ਉਸਤਾ ਪੇਪਰ ਆ ਜਾਂਦਾ ਮੀ ਐਨ ਮਈ? ਉਹੀ ਭਾਅ ਜੀ 6 ਮਹੀਨੇ 'ਚ ਆ ਜਾਂਦਾ ਆ, ਜੇ 6 ਮਹੀਨੇ ਤੋਂ ਉੱਪਰ ਹੋ ਗਿਆ ਤੁਹਾਡਾ ਲਵੀਨੀਓ, ਜਿਹੜਾ ਵੀ ਪਰਫਾਤੂਰਾ ਹੈਗਾ ਲਵੀਨੀਓ ਪਰਫਾਤੂਰਾ ਸਰਚ ਕਰਕੇ ਮੇਲ ਆ ਉਹਨਾਂ ਦੀ, ਉਹਨਾਂ ਨੂੰ ਮੇਲ ਕਰੋ, ਮੇਰਾ ਨੂਲਾ ਉਸਤਾ ਆ, ਅਤੇ ਤੁਹਾਨੂੰ ਜ਼ਰੂਰ ਰਿਪਲਾਈ ਮਿਲੂਗਾ, 6 ਮਹੀਨੇ 'ਚ 7 ਮਹੀਨੇ 'ਚ ਆ ਜਾਂਦਾ। ਅਗਲਾ ਕਮੈਂਟ, ਬਾਈ ਜੀ ਮੇਰੀ ਇਟਲੀ ਵਿੱਚੋਂ ਕੋਈ ਨਹੀਂ ਰਹਿੰਦਾ, ਮੈਂ ਨੂਲਾ ਉਸਤਾ ਮੰਗਵਾ ਸਕਦਾ ਹਾਂ ਕਿੱਦਾਂ ਪਲੀਜ਼? ਭਾਅ ਜੀ ਜੇ ਮੈਂ ਫੈਮਲੀ ਵੀਜ਼ੇ ਦੀ ਗੱਲ ਕਰ ਰਿਹਾ ਹਾਂ, ਜੇ ਤੁਸੀਂ 9 ਮਹੀਨੇ ਵਾਲੀ ਗੱਲ ਕਰ ਰਹੇ ਹੋ ਤਾਂ ਏਜੰਟਾਂ ਨੂੰ ਪੁੱਛਣਾ ਪੈਣਾ ਹੈ ਵੀ ਕਿੱਦਾਂ ਭਾਅ ਜੀ ਆ ਸਕਦੇ ਤੁਸੀਂ ਇਟਲੀ, ਠੀਕ ਆ ਨਾ। ਅਤੇ ਬਾਕੀ ਨੂਲੇ ਉਸਤੇ ਦੀ ਗੱਲ ਰਹੀ, ਨੂਲੇ ਉਸਤੇ ਸਿਰਫ ਉਹਨਾਂ ਦੇ ਹੁੰਦੇ ਆ ਜਿਹਦੇ ਫੈਮਲੀ ਵਾਲੇ ਆ, ਅਤੇ ਬਾਕੀ ਨੂੰ ਵਰਕ ਪਰਮਿਟ ਮਿਲਦੇ ਆ,
ਪੂਰਾ ਪ੍ਰੋਸੈਸ ਹੋਰ ਆ, ਉਹ ਹੋਰ ਚੀਜ਼ ਆ। ਜੇ ਉਹਦੇ ਬਾਰੇ ਕੋਈ ਵੀਡੀਓ ਮੰਗਦਾ ਹੈ ਤਾਂ ਮੈਂ ਜ਼ਰੂਰ ਪਾਊਂਗਾ, ਅਤੇ ਕਮੈਂਟ ਕਰਕੇ ਦੱਸ ਦਿਓ, ਮੈਂ ਵੀਡੀਓ ਬਣਾ ਦੂੰਗਾ ਉਹਦੇ ਬਾਰੇ। ਅਤੇ ਅਗਲਾ ਕਮੈਂਟ, ਹਾਏ ਆਈ ਐਮ ਫਰੋਮ ਹੈਦਰਾਬਾਦ ਐਂਡ ਆਫਟਰ ਗੈਟਿੰਗ ਨੂਲਾ ਔਸਤਾ ਫੋਰ ਮਾਈ ਮਦਰ, ਵਟ ਆਲ ਡਾਕੂਮੈਂਟ ਰਿਕੁਆਇਰਡ, ਪਲੀਜ਼ ਟੈਲ ਮੀ, ਯੂ ਸੇ ਸਟੈਂਪਸ ਆਰ ਰਿਕੁਆਇਰਡ, ਡੂ ਆਈ ਨੀਡ ਟੂ ਡੂ ਟਰਾਂਸਲੇਸ਼ਨ ਐਜ਼ ਵੈਲ। ਲੈ, ਟਰਾਂਸਲੇਸ਼ਨ ਨਹੀਂ ਕੋਈ ਕਰਾਉਣੀ ਹੈਗੀ, ਤੁਹਾਡਾ ਜੇ ਬੰਦਾ ਇੱਥੇ ਆ ਗਿਆ ਨਾ, ਮਤਲਬ ਕਿ ਤੁਹਾਡਾ ਜੇ ਪਰਸਨ ਇੱਥੇ ਆ ਚੁੱਕਾ ਨਾ ਇਟਲੀ ਦੇ ਵਿੱਚ, ਤਾਂ ਜਿਹੜੇ ਤੁਹਾਡੇ ਡਾਕੂਮੈਂਟਸ ਲੱਗੇ ਹੀ ਸੀਗੇ ਉਹੀ ਡਾਕੂਮੈਂਟਸ ਤੁਹਾਡੇ ਚਾਹੀਦੇ ਆ, ਹੋਰ ਇਸ ਤੋਂ ਇਲਾਵਾ ਹੋਰ ਕੋਈ ਡਾਕੂਮੈਂਟ ਨਹੀਂ ਚਾਹੀਦਾ। ਕਾਰ 'ਤੇ ਦਿਨ ਦਾ ਪਰਮੈਸੋ ਜੋਨ ਨੂੰ ਕਾਰ ਤੈਸਰਾ ਸੈਨੀਤਾਰੀਆ ਹੋ ਗਿਆ, ਅਤੇ ਜਿਹੜਾ ਬੰਦਾ ਇੰਡੀਆ ਤੋਂ ਆਇਆ ਆ ਉਹਦੀ ਸਟੈਂਪਸ ਚਾਹੀਦੀਆਂ ਆ, ਜਿਹੜੀ ਸਟੈਂਪਸ ਉਹ ਇਟਲੀ ਆਉਣ ਲੱਗੇ ਦਿੱਲੀ ਤੋਂ ਲੱਗੀ ਆ ਜਾਂ ਹੈਦਰਾਬਾਦ ਤੋਂ ਲੱਗੀ ਆ, ਉਹਦੀ ਸਟੈਂਪਸ ਇੱਥੇ ਆ ਕੇ ਜੇ ਸਟੈਂਪਸ ਉਹ ਤੁਸੀਂ ਉਹਨਾਂ ਨੂੰ ਮੇਲ ਕਰਨੀ ਆ, ਜਿਹੜੀ ਵੀ ਸਟੇਟ 'ਤੇ ਤੁਸੀਂ ਰਹਿ ਰਹੇ ਉਹਨਾਂ ਦੀ ਈਮੇਲ ID ਲੱਭ ਕੇ, ਔਰ ਜਿਹੜੀ ਵੀ ਸਟੇਟ ਲੈ ਜਿਹੜੀ ਵੀ ਸਟੇਟ 'ਤੇ ਤੁਸੀਂ ਰਹਿ ਰਹੇ ਹੋ ਉਹ ਸਟੇਟ ਦਾ ਨਾਮ ਤੁਸੀਂ ਗੂਗਲ ਦੇ ਵਿੱਚ ਅੱਗੇ ਲਿਖਿਓ, ਉਸ ਤੋਂ ਬਾਅਦ ਲਿਖਿਆ ਪਰਪਾਤੂਰਾ, ਨਾਲ ਲਿਖਿਓ ਈਮੇਲ ID, ਉਹ ਤੁਹਾਡੀ ਈਮੇਲ ID ਤੁਹਾਨੂੰ ਮਿਲ ਜਾਣੀ ਆ, ਨਹੀਂ ਤਾਂ ਜਦੋਂ ਤੁਸੀਂ ਨੂਲਾ ਉਸ ਤੋਂ ਅਪਲਾਈ ਕੀਤਾ ਉਹਦੇ ਨਾਲ ਇੱਕ ਡਾਕੂਮੈਂਟ ਤੁਹਾਨੂੰ ਜ਼ਰੂਰ ਮਿਲਿਆ ਹੋਣਾ, ਉਹਦੇ 'ਤੇ ਈਮੇਲ ID ਲਿਖੀ ਹੋਣੀ ਆ, ਉਹ ਈਮੇਲ ID 'ਤੇ ਤੁਸੀਂ ਉਹ ਸਾਰੇ ਡਾਕੂਮੈਂਟ ਸੈਂਡ ਕਰ ਦੇਣੇ ਆ। ਫਿਰ ਜਦੋਂ ਡਾਕੂਮੈਂਟ ਸੈਂਡ ਕਰ ਦਿੱਤੇ ਉਹਨਾਂ ਨੇ ਤੁਹਾਨੂੰ ਇੱਕ ਡੇਟ ਦੇਣੀ ਆ ਨੂਲਾ ਪਰਪਾਤੂਰਾ ਜਾਣ ਦੀ, ਜਦੋਂ ਪਰਪਾਤੂਰਾ ਪਹੁੰਚ ਗਏ ਤੁਸੀਂ ਉੱਥੇ ਸਾਰੇ ਉਹੀ ਡਾਕੂਮੈਂਟਸ ਲੈ ਕੇ ਜਾਣੇ ਆ। ਇੱਕ ਹਾਂ, ਇੱਥੇ ਹੋਸਪਿਤੀ ਬਣਦੀ, ਇੱਥੇ ਆ ਕੇ ਜਿਹਨੂੰ ਗੈਸਟ ਆਪਾਂ ਕਹਿੰਦੇ ਹੈਗੇ ਇੰਗਲਿਸ਼ ਦੇ ਵਿੱਚ, ਗੈਸਟ ਹੋਮ ਹੁੰਦਾ ਆ, ਉਹ ਤੁਸੀਂ ਜ਼ਰੂਰ ਬਣਾ ਕੇ ਲੈ ਕੇ ਜਾਣੀ, ਅਤੇ ਪਲੱਸ ਆਪਣੇ ਤੁਹਾਡੇ ਡਾਕੂਮੈਂਟਸ ਲਾਈਕ ਪਾਸਪੋਰਟ, ਪਰਮੈਸਰਸ ਜੋ ਉਹਨੂੰ ਘਰ 'ਤੇ ਦਿੰਦੇ ਤੁਹਾਡੇ ਡਾਕਟਰੀ ਕਾਰਡ ਜਿਹੜਾ ਜਿਹਨੂੰ ਆਪਾਂ ਤੈਸਲਾ ਸੈਨੀਤਾਰੀਆ ਕਹਿੰਦੇ ਹਾਂ, ਅਤੇ 16 ਯੂਰੋ ਦੀ ਜਿਹੜੀ ਮਾਰਕਾ ਦੀ ਬੋਲੋ ਜਿਹੜੀ ਤੁਹਾਡੀ ਲੱਗੀ ਸੀ ਜਿਹਨੂੰ ਟਿਕਟ ਕਹਿੰਦੇ ਹਾਂ ਆਪਾਂ, ਉਹ ਨਾਲ ਲੈ ਕੇ ਜਾਣੇ ਆ, ਤੁਹਾਨੂੰ ਕਿੱਟ ਜਮ੍ਹਾਂ ਮਿਲ ਜਾਣੀ, ਕਿੱਟ ਕਰ ਦੇ ਦੇਣੀ ਉਹਨਾਂ ਨੇ, ਉਹ ਜਾ ਕੇ ਤੁਸੀਂ ਆਪਣੀ ਜਮ੍ਹਾਂ ਕਰਾ ਦੇਣੀ ਆ, 200 ਕੁਛ ਯੂਰੋ ਲੱਗਦੇ ਹੈਗੇ ਆ, ਅਤੇ ਉਹ ਤੁਹਾਨੂੰ ਫਿੰਗਰ ਦੀ ਡੇਟ ਦੇ ਦੇਣੀ ਆ, ਸੋਰੀ ਹੁਣ ਫਿੰਗਰ ਦੀ ਡੇਟ ਨਹੀਂ ਦਿੰਦੇ ਹੈਗੇ, ਹੁਣ ਤੁਹਾਨੂੰ ਫਿੰਗਰ ਦੀ ਡੇਟ ਘਰ ਆਉਂਦੀ ਆ, ਲੈਟਰ ਆਉਂਦੀ ਆ, ਉਹ ਤੁਹਾਨੂੰ ਲੈਟਰ ਦੇ ਥਰੂ ਤੁਹਾਨੂੰ ਫਿੰਗਰ ਡੇਟ ਦੱਸ ਦਿਓ, ਕਿ ਹੁਣ ਜ਼ਿਆਦਾ ਮਤਲਬ ਇਹਨਾਂ ਨੇ ਹੋਰ ਚੀਜ਼ਾਂ 'ਚ ਐਡ ਕੀਤੀਆਂ ਆ, ਅਤੇ ਉਹ ਅਪਡੇਟਸ ਨੋਰਮਲ ਚੀਜ਼ਾਂ ਹੀ ਆ, ਇੱਦਾਂ ਕੋਈ ਹੈ ਨਹੀਂ, ਅਤੇ ਤੁਸੀਂ ਜਾ ਕੇ ਉੱਥੇ ਅਪਲਾਈ ਕਰੋ, ਇੱਦਾਂ ਦੀ ਹੋਰ ਕੋਈ ਵਾਧੂ ਕੁਛ ਨਾ, ਟਰਾਂਸਲੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ, ਟਰਾਂਸਲੇਸ਼ਨ ਨਹੀਂ ਚਾਹੀਦੀ ਹੈਗੀ, ਜੋ ਵੀ ਤੁਹਾਡਾ ਡਾਕੂਮੈਂਟਸ ਤੁਸੀਂ ਅਪਲਾਈ ਕੀਤੇ ਉਹੀ ਨਾਲ ਲੈ ਕੇ ਜਾਣੇ, ਕੋਈ ਹੋਰ ਨਹੀਂ ਲੈ ਕੇ ਜਾਣੇ। ਨੈਕਸਟ ਕੁਸ਼ਚਨ ਦਾ ਜਵਾਬ ਦੇਣਾ, ਅਤੇ ਭਾਈ ਨੇ ਕਮੈਂਟ ਕੀਤਾ, ਹੈਲੋ ਭਾਅ ਜੀ, ਵਾਈਫ ਦਾ ਵੀਜ਼ਾ ਅਪਲਾਈ ਕਰਨ ਲਈ ਕਿੰਨਾ ਟੈਕਸ ਸ਼ੋਅ ਕਰਨਾ ਪੈਂਦਾ? ਇਹਦਾ ਮੈਂ ਪਹਿਲਾਂ ਵੀ ਆਨਸਰ ਦੇ ਚੁੱਕਾ ਹਾਂ, ਅਤੇ ਮੈਂ ਨਾਲ ਨਾ ਇੱਕ ਫੋਟੋ ਲਾ ਦੂੰਗਾ ਇਧਰਲੀ ਸਾਈਡ ਜਾਂ ਜਿਹੜੇ ਜਿੱਥੇ ਵੀ ਤੁਹਾਨੂੰ ਮਤਲਬ ਲੱਗੂਗਾ, ਉੱਦਾਂ ਮੈਂ ਉਹਦੇ 'ਚ ID ਹੈਗੀ ਆ। ਦੇਖੋ ਮੈਂ ਮਤਲਬ ਕੀ ਕੀਤਾ ਹੈ, ਜੇ ਤੁਸੀਂ ਨੈਟ 'ਤੇ ਵੀ ਸਰਚ ਕਰੋਗੇ ਨਾ, ਅਤੇ ਕੁਆਂਤੀ ਸੈਰਵੇ ਖੁਦ ਪੈਰ ਉਨ ਫੈਮਿਲੀ ਆ ਰਹੇ, ਠੀਕ ਆ, ਤੁਹਾਨੂੰ ਨਾਲ ਹੀ ਆ ਜਾਣਾ ਹੈਗਾ, ਮੈਂ ਲਿਖ ਵੀ ਪਾ ਦੂੰਗਾ ਥੱਲੇ, ਅਤੇ ਨਾਲ ਮੈਂ ਫੋਟੋ ਵੀ ਲਾ ਦੂੰਗਾ, ਨਾਲ ਲਿਖ ਵੀ ਪਾ ਦੂੰਗਾ, ਜੇ ਤੁਹਾਨੂੰ ਨਹੀਂ ਵੀ ਤਾਂ ਵੀ ਸਮਝ ਆਊਗੀ ਤਾਂ ਮੈਂ ਤੁਹਾਨੂੰ ਪਰਸਨਲੀ ਤੁਹਾਨੂੰ ਮੈਸੇਜ ਵੀ ਕਰ ਦੂੰਗਾ। ਤੁਸੀਂ ਮੇਰੀ ID ਹੈਗੀ ਆ ਇੰਸਟਾਗ੍ਰਾਮ 'ਤੇ ਸ਼ਰਮਾ ਇਟਲੀ, ਤੁਸੀਂ ਉੱਥੇ ਵੀ ਮੈਨੂੰ ਮੈਸੇਜ ਕਰ ਦਿਓ, ਜਿੱਦਾਂ ਤੁਹਾਨੂੰ ਨਾਂ ਵੀ ਪਤਾ ਲੱਗੂਗਾ, ਅਤੇ ਆਹੀ ਮਤਲਬ ਹੈਗਾ ਆ, ਇਹ ਮਤਲਬ ਚੇਂਜ ਹੁੰਦੇ ਰਹਿੰਦੇ ਆ, 2024 ਦਾ ਇਹ ਆ, 2025 ਦਾ ਹੋਰ ਆ, 2026 ਦਾ ਹੋਰ ਹੋਊਗਾ, 2023 ਦਾ ਕੁਛ ਹੋਰ ਸੀਗਾ, ਠੀਕ ਆ, ਅਤੇ ਇਹ ਹਮੇਸ਼ਾ ਹੀ ਚੇਂਜ ਹੁੰਦੇ ਰਹਿੰਦੇ, ਮਤਲਬ ਕਿ ਘਬਰ ਦੀ ਲੋੜ ਨਹੀਂ ਹੈਗੀ, ਇੰਨਾ ਕੋਈ ਨੋਰਮਲ ਬਣ ਜਾਂਦਾ ਆ। ਕੁਦਰ ਕਿੱਥੋਂ ਮਿਲਣੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਖੁਦ ਮਿਲਣੀ ਆ ਤੁਹਾਨੂੰ ਤੁਹਾਡੇ ਜਿਹੜਾ ਡਤੋਰੇ ਦੀ ਲਵੋਰੋ ਹੈਗਾ ਆ, ਠੀਕ ਆ, ਅਤੇ ਤੁਸੀਂ ਔਨਲਾਈਨ ਵੀ ਖੁਦ ਕਰ ਸਕਦੇ ਹਾਂ, ਜੇ ਤੁਹਾਨੂੰ ਉਹ ਵੀ ਨਾ ਪਤਾ ਲੱਗੇ ਤੁਹਾਨੂੰ ਮੈਂ ਉਹ ਵੀ ਮਤਲਬ ਦੱਸ ਦੂੰਗਾ ਕਿੱਦਾਂ ਕਢਾਉਣੀ ਤੁਹਾਡੀ, ਜੇ ਉਹਦੇ ਲਈ ਤੁਹਾਨੂੰ ਸਪੀਡ ਦੀ ID ਹੋਣੀ ਜ਼ਰੂਰੀ ਹੈ, ਉਹ ਲਗਭਗ ਸਾਰਿਆਂ ਕੋਲ, ਜੇ ਉਹ ਵੀ ਨਹੀਂ ਹੈਗੀ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਕਿੱਦਾਂ ਬਣਾਉਣੀ ਆ। ਉਹਦੇ ਲਈ 12 ਪਹਿਲਾਂ 12 ਲੱਗਦੇ, ਹੁਣ 20 ਯੂਰੋ ਲੱਗਦੇ ਆ, ਤੁਹਾਨੂੰ ਪੋਸਟ 'ਤੇ ਜਾਣਾ ਪੈਂਦਾ, ਡਾਕਖਾਨਾ ਜਿਹਨੂੰ ਇੱਥੇ ਕਹਿੰਦੇ ਆ,
ਸਾਰੇ ਡਾਕੂਮੈਂਟ ਲੈ ਕੇ ਰਿਵਿਊ ਸਪੀਡ ਆਈ ਡੀ ਬਣਦੀ ਉੱਥੇ ਤੁਸੀਂ ਕੋਈ ਵੀ ਡਾਕੂਮੈਂਟ ਡਾਊਨਲੋਡ ਕਰ ਸਕਦੇ ਕੋਈ ਵੀ ਅੱਜ ਤੋਂ 10 ਸਾਲ ਪੁਰਾਣੀ ਵੀ ਤੁਸੀਂ ਆਪਣਾ ਸਟਾਟੂ ਦੀ ਫੈਮਿਲੀਆ ਰੈਡੀਡੈਂਸਾ ਖੁਦ ਪੁਰਾਣਾ ਬੂਸਤਾ ਪਾਗਾ ਕੁਛ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਉਹਦੇ ਵਿੱਚ ਸਾਰਾ ਕੁਛ ਆ ਗਿਆ ਆ ਜਿਹੜੇ ਖੁਦ ਹੁੰਦੀ ਆ ਉਹਨੂੰ ਆਪਾਂ ਟੈਕਸ ਕਹਿੰਦੇ ਇੱਥੇ ਠੀਕ ਆ ਉਹ ਟੈਕਸ ਹੁੰਦਾ ਆ ਕਿੰਨਾ ਆਪਾਂ ਸਰਕਾਰ ਕਿੰਨਾ ਆਪਣਾ ਇੱਕ ਬੰਦਾ ਇਟਲੀ 'ਚ ਕਮਾ ਰਿਹਾ ਆ ਜਿਹੜੀ ਮੈਂ ਤੁਹਾਨੂੰ 7000 ਦੱਸਿਆ ਨਾ ਵੀ 7000 ਘੱਟੋ ਘੱਟ ਟੈਕਸ ਚਾਹੀਦਾ ਮਤਲਬ ਕਮਾਉਣਾ ਚਾਹੀਦਾ ਬੰਦੇ ਨੂੰ ਤਾਂ ਉਹ ਇੰਡੀਆ ਤੋਂ ਇੱਕ ਬੰਦਾ ਬੁਲਾ ਸਕਦਾ ਹੈ 9800 ਚਾਹੀਦਾ ਦੋ ਬੰਦਿਆਂ ਵਾਸਤੇ ਉਹਦੇ ਲਈ 14 ਸਾਲ ਦਾ ਬੱਚਾ ਉਹਦੇ ਲਈ ਘੱਟ ਹੋਵੇ ਠੀਕ ਆ ਇੱਦਾਂ ਹੀ ਘੱਟਦੇ ਵੱਧਦੇ ਰਹਿੰਦੇ ਆ ਜੇ ਤੁਹਾਨੂੰ ਨਾ ਵੀ ਸਮਝ ਲੱਗਦੀ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਤੁਹਾਨੂੰ ਮਤਲਬ ਸ਼ਰਮਾ ਇਟਲੀ ਮੇਰੀ ਆਈਡੀ ਹੈਗੀ ਇੰਸਟਾਗ੍ਰਾਮ 'ਤੇ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਹੋ ਚਲ ਠੀਕ ਹਾਂਜੀ ਨੈਕਸਟ ਆਖਰੀ ਕੁਸ਼ਚਨ ਆ ਸਾਡਾ ਮਦਰ ਕੋ ਫੈਮਿਲੀ ਵੀਜ਼ਾ ਮੇ ਬੁਲਾਣੇ ਕੇ ਲੀਏ ਬਰਥ ਸਰਟੀਫਿਕੇਟ ਚਾਹੀਏ ਜਾਂ ਨਹੀਂ ਹਾਂਜੀ ਭਾਅ ਜੀ ਬਰਥ ਸਰਟੀਫਿਕੇਟ ਚਾਹੀਦਾ ਆ ਮਦਰ ਨੂੰ ਬੁਲਾਣੇ ਕੇ ਲੀਏ ਠੀਕ ਆ ਨਾ ਅਤੇ ਜੇ ਤੁਹਾਡੀ ਮਦਰ ਦਾ ਜਿੱਦਾਂ ਮੇਰੀ ਮੰਮੀ ਸੀਗੇ ਮੇਰੀ ਮੰਮੀ ਆਏ ਸੀ 2019 ਦੇ ਵਿੱਚ ਅਤੇ ਮੇਰੀ ਮੰਮੀ ਦਾ ਬਰਥ ਸਰਟੀਫਿਕੇਟ ਨਹੀਂ ਹੈਗਾ ਜਿੱਦਾਂ ਇੰਡੀਆ ਸਰਕਾਰ ਨੇ ਵੀ ਕੀਤਾ ਹੋਇਆ ਜਿਹੜੇ 60 ਤੋਂ ਪਹਿਲਾਂ ਜੰਮੇ ਆ ਹਾਂਜੀ 60 ਤੋਂ ਪਹਿਲਾਂ ਜੰਮੇ ਆ ਉਹਨਾਂ ਦਾ ਬਰਥ ਸਰਟੀਫਿਕੇਟ ਨਹੀਂ ਹੈਗਾ ਉਹਨਾਂ ਨੂੰ ਲੱਗਦਾ ਲੋਟ ਸਰਟੀਫਿਕੇਟ ਠੀਕ ਆ ਨਾ ਨੋਟ ਫਾਊਂਡ ਦਾ ਜਿਹਨੂੰ ਆਪਾਂ ਨੋਟ ਫਾਊਂਡ ਕਹਿੰਦੇ ਹਾਂ ਠੀਕ ਆ ਉਹ ਜਦੋਂ ਤੁਸੀਂ ਜਿੱਥੇ ਤੁਹਾਡੇ ਬਰਥ ਸਰਟੀਫਿਕੇਟ ਬਣਦੇ ਆ ਸੁਵਿਧਾ ਸੈਂਟਰ ਜਿੱਦਾਂ ਸਾਡੇ ਜਲੰਧਰ ਸੁਵਿਧਾ ਸੈਂਟਰ ਆ ਕਪੂਰਥਲੇ ਵੀ ਸੁਵਿਧਾ ਸੈਂਟਰ ਜਾਂ ਇੱਥੇ ਨੋਰਮਲ ਸ਼ੋਪਸ ਵੀ ਖੁੱਲੀਆਂ ਆ ਜਿਹੜੇ ਮਤਲਬ ਕਿ ਪਾਸਪੋਰਟ ਵਗੈਰਾ ਅਪਲਾਈ ਕਰਦੇ ਆ ਉਹਨਾਂ ਕੋਲ ਤੁਸੀਂ ਜਾਓਗੇ ਮੰਮੀ ਦਾ ਮੈਂ ਅਪਲਾਈ ਕਰਾਇਆ ਸੀ 2017 ਦੇ ਵਿੱਚ ਅਤੇ ਉੱਥੇ ਤੁਸੀਂ ਜਾਓਗੇ ਤੁਸੀਂ ਲੈ ਕੇ ਦੇ ਦੇਣਾ ਵੀ ਮੇਰਾ ਨਾਮ ਆ ਅਤੇ ਮੈਂ ਇੰਨੇ ਸਾਲ 'ਚ ਜਿਹਦੀ ਵੀ ਤੁਹਾਡੀ ਮੰਮਾ ਹੈਗੇ ਆ ਉਹਨਾਂ ਨੇ ਭਰ ਕੇ ਦੇ ਦੇਣਾ ਵੀ ਮੈਂ ਇੰਨੇ ਸਾਲ 'ਚ ਮੇਰਾ ਬਰਥ ਹੋਇਆ ਆ ਲਗਭਗ ਉਹਨਾਂ ਨੇ ਆਪਣੇ ਆਪ ਹੀ ਕੱਢ ਦੇਣਾ ਹੈ ਠੀਕ ਆ ਨੋਟ ਫਾਊਂਡ ਦਾ ਲੱਗ ਜਾਣਾ ਆ ਅਤੇ ਜੇ ਨੋਟ ਫਾਊਂਡ ਦਾ ਉਹ ਨਹੀਂ ਬਣਾ ਕੇ ਦਿੰਦੇ ਹੈਗੇ ਫਿਰ ਤੁਸੀਂ ਇੱਕ ਪੇਪਰ ਆਫੀਡੈਵਿਟ ਬਣਦਾ ਆ ਉਹ ਬਣਾ ਕੇ ਤੁਸੀਂ ਜਿੱਥੇ ਬਰਥ ਸਰਟੀਫਿਕੇਟ ਬਣਦੇ ਉੱਥੇ ਲੈ ਕੇ ਜਾਓਗੇ ਉਹਨਾਂ ਨੇ ਵੀ ਤੁਹਾਨੂੰ ਮਤਲਬ ਕਿ ਜਿਹੜਾ ਹੁਣ ਅੱਜ ਕੱਲ੍ਹ ਆਧਾਰ ਕਾਰਡ ਬਣੇ ਆ ਉਹ ਇੱਦਾਂ ਹੀ ਬਣੇ ਹੈਗੇ ਆ ਠੀਕ ਆ ਉਹ ਤੁਸੀਂ ਲੈ ਕੇ ਜਾਓਗੇ ਅਤੇ ਤੁਹਾਡਾ ਸਾਰਾ ਮਤਲਬ ਕਿ ਵੇਰਵਾ ਉਹਨਾਂ ਨੇ ਪਾ ਕੇ ਇੱਕ ਮਤਲਬ ਕਿ ਨਵਾਂ ਬਰਥ ਸਰਟੀਫਿਕੇਟ ਬਣਾ ਦਿੰਦੇ ਹੈਗੇ ਉਹ 'ਚ ਡੇਟ ਮੈਂਸ਼ਨ ਹੁੰਦੀ ਆ ਮਤਲਬ ਅੰਦਾਜ਼ਾ ਹੀ ਹੁੰਦਾ ਗੈਸ ਆ ਉਹ ਇੱਕ ਡੇਟ ਮੈਂਸ਼ਨ ਹੁੰਦੀ ਆ ਇੱਕ ਸਨ ਮੈਂਸ਼ਨ ਹੁੰਦਾ ਆ ਉਹ ਤੁਸੀਂ ਚੂਜ਼ ਕਰ ਸਕਦੇ ਹੋ ਜਿੱਦਾਂ ਆਧਾਰ ਕਾਰਡ ਵਾਲੀ ਤੁਸੀਂ ਚੂਜ਼ ਕੀਤਾ ਲਗਭਗ ਇੱਦਾਂ ਕਿੰਨੀ ਕੁ ਉਮਰ ਦੇ ਹੋਊਗੇ ਉਹ ਹੁੰਦਾ ਹੈਗਾ ਅਤੇ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਜਾ ਕੇ ਇਹ ਚੀਜ਼ਾਂ ਨੋਰਮਲ ਹੈਗੀਆਂ ਆ 500 ਰੁਪਈਆ ਬਰਥ ਸਰਟੀਫਿਕੇਟ ਦਾ ਲੱਗਦਾ ਆ ਅਤੇ 100 ਰੁਪਏ ਦਾ 100 ਰੁਪਏ ਐਫੀਡੇਵਿਟ ਬਣਦਾ ਅਤੇ 100 ਰੁਪਈਆ ਜਿਹੜਾ ਬੰਦਾ ਛਪਾਉਣ ਵਾਲਾ ਆ ਬਾਹਰ ਬੈਠੇ ਆ ਜਿਹੜਾ ਕੋਰਟ ਦੇ ਬਾਹਰ ਬੈਠੇ ਹੁੰਦੇ ਉਹਨਾਂ ਨੇ ਬਣਾਉਣਾ ਆ ਅਤੇ ਤੁਹਾਡਾ ਸਾਰਾ ਕੰਮ ਹੋ ਜਾਣਾ ਆ ਬਸ ਇਹੀ ਸੀਗੇ ਕਮੈਂਟ ਅਤੇ ਜੇ ਤੁਹਾਨੂੰ ਹੋਰ ਵੀ ਕੁਛ ਨੂਲੇ ਉਸਦੇ ਬਾਰੇ ਨਹੀਂ ਪਤਾ ਹੈਗਾ ਤੁਸੀਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਅਤੇ ਇੱਦਾਂ ਹੀ ਹੁਣ ਵੀਡੀਓ ਆਉਂਦੀਆਂ ਰਹਿਣਗੀਆਂ ਹੋਰ ਵੀ ਮੈਂ ਲਗਭਗ ਕਿੰਨੀਆਂ ਵੀਡੀਓ ਪਾਈਆਂ ਆ ਪਲੀਜ਼ ਉਹਨਾਂ ਨੂੰ ਪਲੀਜ਼ ਉਹ ਵੀਡੀਓ ਵੀ ਜਾ ਕੇ ਦੇਖੋ ਮੈਂ ਇਟਲੀ ਦੇ ਵੈਦਰ ਬਾਰੇ ਪਾਈਆਂ ਆ ਇੱਥੇ ਕੀ ਚੀਜ਼ ਚਾਹੀਦੀ ਆ ਆਉਣ ਲੱਗੇ ਕਿਹੜੀਆਂ ਮਤਲਬ ਕਿਹੜੀਆਂ ਜਗ੍ਹਾ ਵਧੀਆ ਘੁੰਮਣ ਵਾਲੀਆਂ ਅਤੇ ਹੋਰ ਵੀ ਮੈਂ ਕਈ ਅਪਡੇਟਸ ਪਾਉਣੀਆਂ ਹੈਗੀਆਂ ਇਹੀ ਚੈਨਲ ਦੇ ਉੱਤੇ ਅਤੇ ਬਣੇ ਰਹੀਓ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰਿਓ ਅਤੇ ਇੱਕ ਲਿੰਕਰ ਹੈਗਾ ਆ ਉਹਨੂੰ ਵੀ ਦੱਬਿਓ ਕਿਉਂਕਿ ਕਈ ਵੀਡੀਓ ਇੱਦਾਂ ਦੀਆਂ ਆ ਜਿਹੜੀਆਂ ਤੁਹਾਨੂੰ ਪੇਜ 'ਤੇ ਨਹੀਂ ਆਉਣਗੀਆਂ ਅਤੇ ਤੁਹਾਨੂੰ ਬੈੱਲ ਮਤਲਬ ਕਿ ਉਹ ਨੋਟੀਫਿਕੇਸ਼ਨ ਆ ਜੂ ਕਰੂਗਾ ਬੈੱਲ ਆਈਕਨ ਦਬਾ ਕੇ ਅਤੇ ਚਲੋ ਠੀਕ ਆ ਮਿਲਦੇ ਨੈਕਸਟ ਵੀਡੀਓ ਟਿਲ ਦੈਨ ਬਾਏ ਟੇਕ ਕੇਅਰ।